ਇਕਬਾਲ ਸਿੰਘ ਜੀ ਬੜੂ ਸਾਹਿਬ ਬਾਰੇ ਜਿਨ੍ਹਾਂ ਨੇ ਆਪਣੇ ਬਚਨਾਂ ਦੇ ਨਾਲ ਤੁਹਾਨੂੰ ਇਹ ਦੱਸਿਆ ਕੀ ਲੋੜ ਹੈ, ਕਿਉਂ ਮੰਗ ਹੈ ਇਸ ਤਰ੍ਹਾਂ ਦੀ ਯੂਨੀਵਰਸਿਟੀ ਦੀ। ਮੈਨੂੰ ਇਹ ਲੱਗਦਾ ਕਿ ਬਾਬਾ ਜੀ ਨੂੰ ਅੱਜ ਇਸ ਸਟੇਜ ਦੇ ਉੱਤੇ ਆ ਕੇ ਮੰਗਣ ਦੀ ਲੋੜ ਨਹੀਂ ਹੋਣੀ ਚਾਹੀਦੀ। ਇਸ ਸਟੇਜ ਦੇ ਉੱਤੇ ਆ ਕੇ ਸਾਨੂੰ ਆਪ ਸਾਰਿਆਂ ਨੂੰ ਖੜੇ ਹੋਣਾ ਚਾਹੀਦਾ ਹੈ ਬਾਬਾ ਜੀ ਦੇ ਇਸ ਨੋਬਲ ਕੌਜ਼ ਦੇ ਲਈ। ਤੇ ਆਓ ਸੋਚੋ ਨਾ, ਲੈਟਸ ਡੂ ਇਟ। ਹੁਣ ਮੈਨੂੰ ਇਹ ਵੀ ਪਤਾ ਹੈ ਕਿ ਸਾਰੇ ਸੋਚ ਰਹੇ ਨੇ ਕਿ ਜਿਹੜੀਆਂ ਸਪੀਚਸ ਨੇ, ਜਿਹੜੀਆਂ ਗੱਲਾਂ ਬਾਤਾਂ ਨੇ, ਹੋਰ ਕਿੰਨੀਆਂ ਨੇ, ਬਾਹਰ ਡਿਨਰ ਲੱਗਿਆ ਹੋਇਆ, ਹੈ ਨਾ। ਪਰ ਐਟ ਦਿਸ ਮੋਮੈਂਟ ਵੀ ਕੈਨ ਮਿਸ ਦੈਟ, ਵੀ ਕੈਨ ਸਟੇ ਹੇਅਰ, ਵੀ ਕੈਨ ਹੈਵ ਸਮ ਪੇਸ਼ੈਂਸ ਐਂਡ ਲਿਸਨ ਟੂ ਵਾਟ ਵੀ ਆਰ ਨੋਟ ਗੋਇੰਗ ਟੂ ਗੋ ਐਂਡ ਲਿਸਨ ਅਗੇਨ ਐਵਰ। ਸੋ ਮੇਰੀ ਰਿਕੁਐਸਟ, ਅ ਫਿਊ ਮੋਰ ਮਿਨਟਸ ਐਂਡ ਵੀ ਵਿਲ ਅਨਾਊਂਸ ਦੈਟ ਦ ਡਿਨਰ ਇਜ਼ ਓਪਨ। ਔਰ ਮੈਂ ਹੁਣ ਗੱਲ ਕਰਾਂਗੀ ਕਿ ਵਾਲੰਟੀਅਰਸ ਬਾਰੇ। ਇੱਥੋਂ ਦੇ ਵਾਲੰਟੀਅਰਸ ਜਿਹੜੇ ਨੇ, ਜਿਵੇਂ ਮੈਂ ਦੱਸਿਆ ਕਿ ਅਸੀਂ ਵਾਲੰਟੀਅਰ ਨਹੀਂ ਕਰ ਸਕਦੇ, ਪਰ ਅੱਜ ਬਾਬਾ ਜੀ ਇੱਥੇ ਪਹੁੰਚੇ ਹੋਏ ਨੇ, ਡਾਕਟਰ ਖੇਮ ਸਿੰਘ ਗਿੱਲ ਤੇ ਹੋਰ ਜਿੰਨੇ ਵੀ ਵਾਲੰਟੀਅਰਸ, ਰਵਿੰਦਰ ਪਾਲ ਜੀ, ਆਈ ਥਿੰਕ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਇਹਨਾਂ ਦੇ ਰਿਣੀ ਆ ਜਿਹੜੇ ਕਿ ਇਸ ਨੋਬਲ ਕੌਜ਼ ਲਈ ਸੈਲਫਲੈਸਲੀ ਕੰਮ ਕਰ ਰਹੇ ਨੇ। ਔਰ ਇੱਕ ਵਾਲੰਟੀਅਰ ਜਿਹੜੇ ਕਿ ਹੁਣ ਮੈਂ ਸਟੇਜ ਤੇ ਬੁਲਾਉਣ ਜਾ ਰਹੀ ਹਾਂ, ਉਹ ਆਪਣੇ ਆਪ ਦੇ ਵਿੱਚ ਇੱਕ ਐਸਾ ਐਸੀ ਮਿਸਾਲ ਹੈ, ਇੱਕ ਐਸੀ ਇੰਸਪੀਰੇਸ਼ਨ ਹੈ ਜਿਸ ਨੂੰ ਜਦੋਂ ਤੁਸੀਂ ਸੁਣੋਗੇ ਤਾਂ ਸਾਰਿਆਂ ਦੇ ਅੰਦਰ ਇੱਕ ਪੋਜ਼ਿਟਿਵਿਟੀ, ਇੱਕ ਐਨਰਜੀ ਜਿਹੜੀ ਕ੍ਰੀਏਟ ਹੋਏਗੀ ਉਹਨਾਂ ਨੂੰ ਸੁਣ ਕੇ, ਉਹ ਆਪਣੇ ਆਪ ਦੇ ਵਿੱਚ ਮੈਨੂੰ ਇੰਸਪਾਇਰ ਕਰਦੀ ਹੈ। ਐਂਡ ਆਮ ਵੈਰੀ ਸ਼ੋਰ ਸ਼ੀ ਇਜ਼ ਗੋਇੰਗ ਟੂ ਡੂ ਦੈਟ ਟੂ ਯੂ ਐਵਰੀਬਾਡੀ। ਐਂਡ ਵਾਲੰਟੀਅਰਸ ਦੀ ਜੇ ਮੈਂ ਗੱਲ ਕਰਾਂ ਤੇ ਕੈਨੇਡਾ ਤੋਂ, ਮੈਂ ਪਿਛਲੇ ਹਫਤੇ ਸਿਆਟਲ ਦੇ ਵਿੱਚ ਸੀਗੀ, ਔਰ ਸਿਆਟਲ ਤੋਂ ਜਿੰਨੇ ਵੀ ਵਾਲੰਟੀਅਰਸ ਇਸ ਆਰਗਨਾਈਜੇਸ਼ਨ ਦੇ ਨਾਲ ਜੁੜੇ ਹੋਏ ਨੇ, ਮੈਂ ਕਹਾਂਗੀ ਹੈਟਸ ਆਫ ਟੂ ਯੂ। ਕਾਬਲੇ ਤਾਰੀਫ ਗੱਲ ਹੈ ਕਿ ਉਹ ਆਪਣਾ ਸਾਰਾ ਕੰਮ ਕਾਰ ਛੱਡ ਕੇ ਇਸ ਨੋਬਲ ਕੌਜ਼ ਤੇ ਲੱਗੇ ਹੈ। ਐਂਡ ਵਾਟ ਆਰ ਵੀ ਡੂਇੰਗ, ਅਸੀਂ ਸੁਣ ਵੀ ਨਹੀਂ ਸਕਦੇ ਇੱਥੇ 2 ਘੰਟੇ ਬੈਠ ਕੇ। ਸੋ ਮੈਂ ਹੋਰ ਸਮਾਂ ਨਾ ਲੈਂਦੇ ਹੋਏ ਇੱਕ ਐਸੀ ਇੰਸਪੀਰੇਸ਼ਨ ਨੂੰ ਸਟੇਜ ਦੇ ਉੱਤੇ, ਇੱਕ ਐਸੀ ਨੇਕ ਕੀ ਕਹਾਂ ਕਿ ਮੇਰੇ ਕੋਲ ਵਰਡਸ ਨਹੀਂ ਹੋਣਗੇ, ਪਰ ਉਹਨਾਂ ਨੂੰ ਸਟੇਜ ਦੇ ਉੱਤੇ ਬੁਲਾਉਣਾ ਚਾਹਾਂਗੀ। ਲੇਕਿਨ ਉਸ ਤੋਂ ਪਹਿਲਾਂ ਮੈਂ ਅਨਾਊਂਸਮੈਂਟ ਕਰਾਂਗੀ ਹੋਰ ਦਸਵੰਤ ਜਿਹੜਾ ਸਾਡੇ ਕੋਲ ਪਹੁੰਚਿਆ, ਗੁਰਪ੍ਰੀਤ ਕੌਰ, ਗੁਰਪ੍ਰੀਤ ਕੌਰ ਕਲਨਾਰਾ, $500 ਬੋਲੇ ਸੋ ਨਿਹਾਲ। ਸਿਮਰ ਕੌਰ, ਉਹਨਾਂ ਨੇ ਰੂਮ ਸੇਵਾ ਦਿੱਤੀ ਹੈ ਇੰਸਟਾਲਮੈਂਟਸ ਦੇ ਵਿੱਚ $1,000 ਦੀ, ਬੋਲੇ ਸੋ ਨਿਹਾਲ। ਤੇ ਮੈਂ ਇੱਥੇ ਜਿੱਦਾਂ ਵਾਲੰਟੀਅਰ ਦੀ ਮੈਂਸ਼ਨ ਕਰਾਂ, ਕੈਨੇਡਾ ਤੋਂ ਆਏ ਹੋਏ ਨੇ ਅਵਤਾਰ ਸਿੰਘ ਗਿੱਲ ਹੋਣੀ ਤੇ ਕਵਲਜੀਤ ਕੌਰ, ਜਿਹੜੇ ਕਿ ਉਚੇਚੇ ਤੌਰ ਤੇ ਇਸ ਆਰਗਨਾਈਜੇਸ਼ਨ ਦੇ ਨਾਲ ਜੁੜੇ ਹੋਏ ਨੇ ਔਰ ਸੈਲਫਲੈਸਲੀ ਕੰਮ ਕਰ ਰਹੇ ਨੇ। ਪਰ ਹੁਣ ਜਿਹੜੀ ਵਾਲੰਟੀਅਰ ਨੂੰ ਮੈਂ ਸਟੇਜ ਦੇ ਉੱਤੇ ਬੁਲਾਉਣ ਜਾ ਰਹੀ ਹਾਂ, ਯੂ ਸੀ ਇਟ ਟੂ ਬਿਲੀਵ ਇਟ, ਮੁਕਤਾ ਕੌਰ, ਰਵੀਦੀਪ ਕੌਰ ਮੁਕਤਾ। ਥੈਂਕ ਯੂ ਸੁਮਨ ਜੀ। ਐਕਚੁਲੀ ਮੈਂ ਇੰਨੀ ਤਾਰੀਫ ਕਰਦੀ ਹੈ ਕਿ ਬਾਬਾ ਜੀ ਕਹਿੰਦੇ ਨੇ ਸੁਮਨ ਜੀ ਕਿ ਜਦੋਂ ਅਸੀਂ ਆਪਣਿਆਂ ਨੂੰ ਢਾਣਾ ਹੋਵੇ, ਜੇ ਅਸੀਂ ਕਿਸੇ ਅਸੀਂ ਤਾਰੀਫ ਉਹਦੀ ਕਰੀ ਜਦੋਂ ਅਸੀਂ ਪਸੰਦ ਨਹੀਂ ਕਰਦੇ, ਪਤਾ ਕਿਉਂ? ਕਿਉਂਕਿ ਅਸੀਂ ਜਦੋਂ ਕਿਸੇ ਨੂੰ ਥੱਲੇ ਲੈ ਕੇ ਆਉਣਾ ਹੋਵੇ ਉਹਦੀ ਇੰਨੀ ਤਾਰੀਫ ਕਰ ਦਿਓ, ਜਿਹੜੀ ਐਪਰੀਸੀਏਸ਼ਨ ਗੋਜ਼ ਡਾਊਨ, ਤੇ ਜਿਹੜਾ ਕ੍ਰਿਟੀਸਾਈਜ਼ੇਸ਼ਨ ਉਹ ਸਾਨੂੰ ਉੱਪਰ ਲੈ ਕੇ ਜਾਂਦਾ ਹੈ। ਬਾਬਾ ਜੀ ਆਪਣੇ ਜਿੰਨੇ ਵੀ ਵਾਲੰਟੀਅਰ ਨੇ ਕਦੀ ਤਾਰੀਫ ਨਹੀਂ ਕਰਦੇ। ਆਈ ਰਿਕੁਐਸਟ ਯੂ ਕਿ ਗੁਰੂ ਨੇ ਬਸ ਇੱਕ ਚਰਨਾਂ ਦੀ ਧੂੜ ਛੋਟਾ ਜਿਹਾ ਤੇ ਸੇਵਾ ਬਖਸ਼ੀ ਹੈ। ਤੇ ਅੱਜ ਮੈਂ ਬਸ ਇਹੀ ਕਹਾਂਗੀ ਕਿ ਅੱਜ ਫਾਦਰਸ ਡੇ ਹੈਗਾ ਤੇ ਮੈਨੂੰ ਗੁਰਚਰਨ ਵੀਰ ਜੀ, ਗੁਰਚਰਨ ਸਿੰਘ ਵੀਰ ਜੀ ਜਦੋਂ ਅਸੀਂ ਡੇਟ ਡਿਸਾਈਡ ਕਰ ਲਈ, ਬਾਅਦ ਕਹਿੰਦੇ ਫਾਦਰਸ ਡੇ ਦੇ ਮੁਕਤਾ ਇਕੱਠ ਨਹੀਂ ਹੋਏਗਾ। ਤੇ ਮੈਂ ਵੀਰ ਜੀ ਨੂੰ ਕਿਹਾ ਸੀਗਾ ਜਿਨ੍ਹਾਂ ਨੇ ਪਾਰਟੀਆਂ ਕਰਨੀਆਂ ਦੁਨਿਆਵੀ ਪਿਤਾ ਦੀਆਂ ਕਰ ਲੈਣ, ਜਿਹੜੇ ਅਸਲੀ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ, ਦੁਨਿਆਵੀ ਪਿਤਾ ਸਾਡੀਆਂ ਮਸਤਕ ਦੀਆਂ ਤਕਦੀਰਾਂ ਨਹੀਂ ਬਦਲ ਸਕਦਾ। ਦੁਨਿਆਵੀ ਪਿਤਾ ਸਾਨੂੰ ਗਰੀਬ ਤੋਂ ਅਮੀਰ ਨਹੀਂ ਬਣਾ ਸਕਦਾ। ਦੁਨਿਆਵੀ ਪਿਤਾ ਸਾਨੂੰ ਅਨਪੜ੍ਹ ਤੋਂ ਪੜ੍ਹਿਆ ਲਿਖਿਆ ਨਹੀਂ ਕਰ ਸਕਦਾ। ਜਿਵੇਂ ਬਾਣੀ ਕਹਿੰਦੀ ਧਰਤੀ ਉਹ ਕਾਸੇ ਚਲਾਇਆ ਕਾਸੇ ਉਹ ਧਰਤੀ ਹੈਗਾ, ਬਟ ਇਹ ਉਹ ਪਿਤਾ ਜਿਹੜਾ ਸਾਨੂੰ ਗਰੀਬ ਤੋਂ ਅਮੀਰ ਕਰ ਸਕਦਾ, ਕੱਖਾਂ ਤੋਂ ਲੱਖਾਂ ਚ ਕਰ ਸਕਦਾ, ਸਾਡੀਆਂ ਤਕਦੀਰਾਂ ਬਦਲ ਸਕਦਾ, ਜਿਹੜਾ ਇੱਕ ਪੁੱਤ ਮੰਗਦਾ ਹੈ ਉਹਨੂੰ 7 ਪੁੱਤ ਦੇ ਸਕਦਾ। ਅੱਜ ਉਹ ਪਿਤਾ ਦਾ ਅਸੀਂ ਫਾਦਰਸ ਡੇ ਮਨਾ ਰਹੇ ਹਾਂ ਤੇ ਉਹ ਸਿੱਖ ਆਪੇ ਆਣਗੇ ਜਿਹੜੇ ਅਸਲੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਧੀ ਹੋਣਗੇ, ਉਹ ਆਣਗੇ ਤੇ ਉਹ ਅੱਜ
ਬੈਠੀ ਤੁਸੀਂ ਉਹਨਾਂ ਕੋਲ ਪੁੱਛ ਕੇ ਦੇਖ ਲਓ ਉਹਦਾ ਪੁੱਤ ਗਿਆ ਸੀਗਾ ਕਿ ਜਿਹਦਾ ਕਲੇਜਾ ਮਾਂ ਕਹਿੰਦੀ ਮੇਰਾ ਕੱਢ ਲਿਆ ਪਰ ਉਹ ਮਾਤਾ ਗੁਜਰੀ ਜੀ ਦੇ ਚਾਰ ਕਲੇਜੇ ਦੇ ਟੁਕੜੇ ਨਿਕਲ ਕੇ ਇਸ ਸਰਬੰਸ ਦੇ ਉੱਤੇ ਕੁਰਬਾਨ ਅੱਜ ਉਹ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਗੁਰੂ ਕੀ ਕਾਸ਼ੀ ਬਣ ਰਹੀ ਹੈ ਇੱਕ ਛੋਟਾ ਜਿਹਾ ਐਗਜ਼ਾਮਪਲ ਦਾਂਗੀ ਬਾਬਾ ਜੀ ਸਾਹਮਣੇ ਨੇ ਜਦੋਂ ਮੈਂ ਬੜੂ ਸਾਹਿਬ ਤੋਂ ਆਈ ਮੇਰਾ ਵੱਡਾ ਭਰਾ ਆਇਆ ਇੱਥੇ ਜਿਹੜੇ ਦਾਦਾ ਜੀ ਵੀ ਬੈਠੇ ਤੁਸੀਂ ਪੁੱਛ ਲਓ ਬੜਾ ਵੱਡਾ ਕੇਸ ਪੈ ਗਿਆ ਭਰੋਸੇ ਦੀ ਗੱਲ ਹੈ ਭਰੋਸੇ ਦੀ ਗੱਲ ਕਰ ਰਹੀ ਹਾਂ ਕਿ ਇੱਥੋਂ ਡਿਪੋਰਟ ਕਰ ਦੇਣਾ ਸੀ ਅਮਰੀਕਾ ਤੋਂ ਇੰਡੀਆ ਮੇਰੇ ਭਰਾ ਨੂੰ ਤੇ ਮੇਰਾ ਭਰਾ ਬਾਹਰ ਆਇਆ ਉਹਨੇ ਫਟਾਫਟ ਦਿਨੇ ਰਾਤ ਲਿਮੋ ਚਲਾਈ ਕਿ ਮੈਂ ਭੈਣ ਵਿਆਹ ਨਹੀਂ ਹੈ ਤੇ ਛੋਟਾ ਭਰਾ ਵਿਆਹ ਹੋਵੇ ਹਾਲੇ ਮੈਂ ਇੰਨਾ ਪੈਸਾ ਨਹੀਂ ਜੋੜਿਆ ਕਿ ਮੇਰੀ ਭੈਣ ਕੁਆਰੀ ਮੈਂ ਕੁਆਰੀ ਸੀ ਮੇਰਾ ਛੋਟਾ ਭਰਾ ਕੁਆਰਾ ਸੀ ਤੇ ਮੇਰੇ ਭਰਾ ਨੇ ਡਾਲਰ ਭੇਜਣੇ ਸ਼ੁਰੂ ਕੀਤੇ ਤੇ ਮੈਂ ਬਾਬਾ ਜੀ ਕੋਲ ਮੇਰੇ ਪਰਸ ਦੇ ਵਿੱਚ 2.5 ਲੱਖ ਰੁਪਇਆ ਸੀਗਾ ਤੇ ਮੈਂ ਆਪਣੇ ਛੋਟੇ ਭਰਾ ਨੂੰ ਕਿਹਾ ਅਸੀਂ ਸਿੰਘ ਸਭਾ ਜਿਹੜਾ ਸਾਡਾ ਇਸ ਦਿਨ ਗੁਰਦੁਆਰਾ ਵੇ ਅਸੀਂ ਗਏ ਤੇ ਬਾਬਾ ਜੀ ਨਾਲ ਬਸ ਮੱਥਾ ਵਗੈਰਾ ਟੇਕਿਆ ਮੈਂ ਆਪਣੇ ਭਰਾ ਨੂੰ ਉਹ ਪੈਸੇ ਅਸੀਂ ਬੈਂਕ ਵਿੱਚ ਜਮ੍ਹਾਂ ਕਰਾਉਣ ਜਾ ਰਹੇ ਸੀ ਚੇਅਰ ਉੱਥੇ ਜਿਹੜਾ ਬੈਂਕ ਸੀ ਕਿ ਭੈਣ ਦੇ ਵਿਆਹ ਵਾਸਤੇ ਐਫਡੀਆਂ ਕਰਾਉਣ ਜਾ ਰਹੇ ਸੀ 80,000 ਰੁਪਏ ਦੀ ਕਿ 90,000 ਦੀ ਐਫਡੀ ਹੁੰਦੀ ਸੀ ਤੇ ਮੈਂ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਨਾ ਵਿਆਹ ਮੇਰਾ ਹੁੰਦਾ ਰਹੇਗਾ ਮੇਰਾ ਵੀਰ ਬਚ ਜੇ ਇਸ ਕੇਸ ਤੋਂ ਤੇ ਇਹ ਪੈਸਾ ਅਸੀਂ ਬੜੂ ਸਾਹਿਬ ਦੇਵਾਂਗੇ ਉਹ ਹੋਰ ਪੈਸੇ ਭੇਜੇ ਉਹਨੂੰ ਇਹ ਭਾੜੇ ਕਿ ਬੈਂਕ ਵਿੱਚ ਪੈਸਾ ਜਮ੍ਹਾਂ ਹੋ ਰਿਹਾ ਮੇਰੀ ਮਾਤਾ ਸ਼ਾਹ ਦੇ ਗੁਰਦੁਆਰੇ ਬੜੂ ਸਾਹਿਬ ਅਟੁੱਟ ਪਾਠ ਰਖਵਾ ਲਈਏ ਮੇਰਾ ਪੁੱਤ ਬਚ ਜਾਵੇ ਮੇਰਾ ਪੁੱਤ ਅਮਰੀਕਾ ਤੋਂ ਡਿਪੋਰਟ ਨਾ ਹੋਵੇ ਵਿਆਹ ਤੇ ਹੁੰਦਾ ਰਹੇਗਾ ਤੇ ਵੱਡੇ ਭਰਾ ਨੇ ਤੁਸੀਂ ਜੋੜ ਰਹੇ ਹੋ ਪੈਸਾ ਹਾਂਜੀ ਮੰਮੀ ਜੋੜ ਰਿਹਾ ਮੈਂ ਕਹਿਣਾ ਕੋਈ ਨਹੀਂ ਮੇਰਾ ਵੀਰ ਬਚ ਜਾਵੇ ਇਹ ਜਿਹੜਾ ਦਿੱਤਾ ਹੋਇਆ ਅੱਜ ਮੇਰੇ ਭਰਾ ਦੇ ਇੱਥੇ ਚਾਰ ਬੱਚੇ ਚੰਗਾ ਕਾਰੋਬਾਰ ਗ੍ਰੀਨ ਕਾਰਡ ਉਹਦੇ ਕੋਲ ਅੱਜ ਸਾਰਾ ਕੁਛ ਹੈਗਾ ਵੇ ਕਿਉਂਕਿ ਉਸ ਟਾਈਮ ਅਸੀਂ ਫਿਕਰ ਕੀਤਾ ਸੀ ਗੁਰੂ ਤੇ ਅੱਲਾ ਭਰੋਸਾ ਅਸੀਂ ਕਹਿੰਦੇ $500 ਦੇ ਦਾਂਗੇ $1,000 ਦੇ ਦਾਂਗੇ ਬੈਂਕ ਕੱਟ ਜਾਏਗਾ ਸਾਧ ਸੰਗਤ ਜੀ ਗੁਰੂ ਨੂੰ ਦਿੱਤੇ ਹਨ ਅਸੀਂ ਦੇਣ ਵਾਲੇ ਹੈ ਕੌਣ ਅੱਜ ਉਹ ਸਾਨੂੰ ਨਾ ਦੇਵੇ ਅੱਜ ਮੈਂ ਇੱਥੇ ਬੋਲ ਰਹੀ ਹਾਂ ਮੇਰੀ ਲੱਤ ਕੱਟ ਜੇ ਮੈਂ ਪੈਰਾਲਾਈਜ਼ ਹੋ ਜਾਂ ਅਸੀਂ ਅਗਲੇ ਦਿਨ ਕੰਮਾਂ ਤੇ ਨਹੀਂ ਜਾ ਸਕਦੇ ਅਸੀਂ ਉਹ ਚਾਹੇ ਤੇ ਅਸੀਂ ਇੱਕ ਮੂੰਹ ਤੋਂ ਜੀਵ ਨਹੀਂ ਖੋਲ ਸਕਦੇ ਤੇ ਸਾਧ ਸੰਗਤ ਜੀ ਅਸੀਂ ਦੇਣ ਵਾਲੇ ਕੌਣ ਹਾਂ ਬਸ ਮੈਂ ਤੇ ਇੰਨੀ ਬੇਨਤੀ ਕਰਾਂਗੀ ਤੁਹਾਡੀ ਛੋਟੀ ਭੈਣ ਛੋਟੀ ਧੀ ਤੁਸੀਂ ਜੋ ਮੈਨੂੰ ਸਮਝ ਲਓ ਕਿ ਅੱਜ ਕਲਗੀਆਂ ਵਾਲੇ ਪਾਤਸ਼ਾਹ ਉਹ ਪਿਤਾ ਜਿਨੇ ਸਾਡੇ ਪੁੱਤਰਾਂ ਦੀ ਖਾਤਰ ਆਪਣੇ ਪੁੱਤਰ ਵਾਰ ਦਿੱਤੇ ਸਾਡੇ ਮਾਪਿਆਂ ਦੀ ਖਾਤਰ ਆਪਣੇ ਮਾਪੇ ਵਾਰ ਦਿੱਤੇ ਉਹ ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਵਾਸਤੇ ਅੱਲਾ ਯਾਰ ਖਾਨ ਯੋਗੀ ਨੇ ਬੜਾ ਸੋਹਣਾ ਲਿਖਿਆ ਨਾ ਕਹੂੰ ਤਬ ਕੀ ਨਾ ਕਹੂੰ ਜਬ ਕੀ ਬਾਤ ਕਹੂੰ ਅਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ ਅੱਜ ਅਸੀਂ ਸਾਰੇ ਸੱਚੇ ਬੱਚੇ ਸਾਡੇ ਮਹਿਲ ਮਾੜੀਆਂ ਘਰ ਬਾਰ ਸਿੱਖ ਕੌਮ ਸਿੰਘ ਕੌਰ ਕੌਰ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਰਾਣੀਆਂ ਕਹਿਤਾ ਅਸੀਂ ਇਸ ਲਾਈਕ ਹੈਗੇ ਹਾਂ ਸਾਨੂੰ ਕਿੰਗ ਕਹਿਤਾ ਸਿੰਘ ਕਹਿਤਾ ਅਸੀਂ ਇਸ ਲਾਈਕ ਹੈਗੇ ਹਾਂ ਅਸੀਂ ਇੱਕ ਮਾਇਆ ਨਹੀਂ ਦੇ ਪਾ ਰਹੇ ਅਸੀਂ ਲੋਮੜੇ ਛੱਡ ਰਹੇ ਅਸੀਂ ਸਿੱਖ ਹੈਗੇ ਹਾਂ ਕਾਹਦੇ ਸਿੱਖ ਹੈਗੇ ਹਾਂ ਸਿੱਖ ਤੇ ਉਹ ਸੀਗਾ ਜਿਹੜਾ ਗੁਰੂ ਨੂੰ ਆਪਣਾ ਸੀਸ ਅਰਪਣ ਕਰਕੇ ਆਇਆ ਸੀ ਸਿੱਖ ਸੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪੜੇ ਲਹਾਏ ਸਿੱਖ ਸੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕਟਾਏ ਸਿੱਖ ਸੀ ਭਾਈ ਦਿਆਲਾ ਜੀ ਸਿੱਖ ਸੀ ਛੋਟੇ ਚਾਰ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਪਾਤਸ਼ਾਹ ਐ ਸਿੱਖ ਸੀ ਸਾਰ ਸੰਗਤ ਜੀ ਅਸੀਂ ਹਟਾ ਦੀ ਅਸੀਂ ਸਿੱਖਾਂ ਅਸੀਂ ਸਿੰਘ ਆ ਅਸੀਂ ਕੌਰ ਆ ਅੱਜ ਅਸੀਂ ਇਸ ਤਰ੍ਹਾਂ ਭਿੱਖਾ ਮੰਗਦੇ ਨੇ ਬਾਬਾ ਜੀ ਕਹਿੰਦੇ ਪਏ ਕਿ ਅਕਤੂਬਰ ਦੇ ਵਿੱਚ ਜੇ ਸਾਡੀ ਨਾ ਸੈਂਸ਼ਨ ਹੋਈ ਤਾਂ ਅਸੀਂ ਲੇਟ ਵੀ ਹੋਏਗੀ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਯੂਨੀਵਰਸਿਟੀ ਨਹੀਂ ਰੁਕ ਪਾਏਗੀ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਦੀ ਇਹਦੇ ਤੇ ਮਾਇਆ ਲੱਗੇਗੀ ਅਸੀਂ ਇਹੀ ਅਪੀਲ ਕਰਾਂਗੇ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਜਿੰਨੀ ਸਾਡੀ ਪਾਕਿਟ ਹੈਗੀ ਅਸੀਂ ਕਈ ਅਸੀਂ ਹਜ਼ਾਰ ਦੇ ਦਿੱਤਾ ਅਸੀਂ 500 ਅਸੀਂ ਅਹਿਸਾਨ ਨਹੀਂ ਗੁਰੂ ਦੇ ਉੱਤੇ ਕਰਨਾ ਜਿੰਨਾ ਅਸੀਂ ਇੱਕ ਇੱਕ ਕਮਰਾ ਕਮਿਟ ਕਰਕੇ ਜਾਈਏ ਅਸੀਂ ਦੇ ਕੇ ਜਾਈਏ ਪੂਰੀ ਜ਼ਿੰਦਗੀ ਪਈਏ ਇੱਕ $20,000 ਦਾ ਕਮਰਾ ਵੇ ਵਾਹਿਗੁਰੂ ਪਤਾ ਨਹੀਂ ਕਿੰਨੇ ਘਰ ਸਾਡੇ ਬਣਾਏਗਾ ਭਰੋਸਾ ਤੇ ਕਰਕੇ ਦੇਖੀਏ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਇਹ ਇੱਕ ਕਮਰਾ ਦਾਨ ਕੀਤਾ ਹੋਇਆ ਸਾਡੀ ਕਈ ਕੁਲਾਂ ਕਰਨੀਆਂ ਸਾਡੇ ਕਈ ਜਨਮ ਰਾਤ ਆਪਾਂ ਕਹਿੰਦੇ ਨਾ ਇਹ ਜਿਹੜਾ ਓਬਾਮਾ ਵੇ ਰਾਜ ਬਣਿਆ ਫਿਰ ਇੱਥੇ ਅਮਰੀਕਾ ਦਾ ਇੰਨੀ ਵੱਡੀ ਕੰਟਰੀ ਦਾ ਰਾਜ ਭਾਗ ਜਿਹੜਾ ਪ੍ਰੈਜ਼ੀਡੈਂਟ ਬਣਿਆ ਕਿਸੇ ਜਨਮ ਵਿੱਚ ਉਹਨੇ ਹੀ ਹੀਰੇ ਮੈਂ ਇੱਕ ਵੈਬਸਾਈਟ ਤੇ ਪੜ੍ਹ ਰਹੀ ਸੀਗੀ ਜਿਹੜਾ ਬਿਲ ਕਲਿੰਟਨ ਨੇ ਉਹਨੇ ਪਾਇਆ ਹੋਇਆ ਸੀ ਕਿ ਮੇਰੀ ਜ਼ਿੰਦਗੀ 'ਚ ਮੈਂ ਜਿੰਨਾ ਕਮਾਇਆ ਮੈਂ ਸਾਰਾ ਦੇਖ ਕੇ ਜਾਣਾ ਵੇ ਤਾਂ ਕਿ ਅਗਲੇ ਜਨਮ ਮੈਨੂੰ ਫੇਰ ਮਿਲੇ ਇਹ ਗੋਰੇ ਇਸ ਤਰ੍ਹਾਂ ਸੋਚਦੇ ਨੇ ਤੇ ਅਸੀਂ ਆਪਣੇ ਗੁਰੂ ਤੇ ਕਿਉਂ ਨਹੀਂ ਭਰੋਸਾ ਕਰਦੇ ਅੱਜ ਅਸੀਂ ਆਏ ਹਾਂ ਫਾਦਰਸ ਡੇ ਤੇ ਉਸ ਕਲਗੀਆਂ ਵਾਲੇ ਪਾਤਸ਼ਾਹ ਉੱਤੇ ਸਾਡੀਆਂ ਜਾਨਾਂ ਹਾਜ਼ਰ ਸਾਡਾ ਧਨ ਦੌਲਤ ਸਾਡਾ ਤਨ ਮਨ ਧਨ ਅਸੀਂ
ਅੱਜ ਵਾਲ ਕੇ ਜਾਈਏ, ਖੁੱਲੇ ਦਿਲਾਂ ਨਾਲ, ਖੁੱਲੇ ਗੱਪਿਆਂ ਨਾਲ ਦਾਨ ਕਰਕੇ ਜਾਈਏ, ਦਸਵੰਧ ਕਰਕੇ ਜਾਈਏ। ਅਸੀਂ ਦਾਨ ਕਰਨ ਵਾਲੇ ਕੌਣ ਹੈਗੇ ਆ? ਤੇ ਬਾਕੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਤੁਸੀਂ ਮਾਫ਼ ਕਰਨਾ, ਬਸ ਇੰਨੀ ਕੁ ਬੇਨਤੀ ਨਾਲ ਤੁਸੀਂ ਆਪਣੀ ਬੱਚੀ ਨੂੰ ਵੀ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।